ਇਹ ਤਾਰਕ ਬਾਈ ਰਖੜਾਈ ਸਾਰੀ ਹੋਏਗੀ ਥੱਲੋਂ ਸਹਿ ਨਹੀਂ ਤਾਂ ਹੁਣ ਫਿਲਿੰਗ ਵਗੈਰਾ ਰਹਿਣੀ, ਫਿਲਿੰਗ ਮਾਰਦੇ ਹਨ ਤੱਕ ਉਹਨਾਂ ਕਿਸਮ ਸਫਾਈ ਹੋਈ ਸਟੇਜ ਦੀ, ਫਿਲਿੰਗ ਮਾਰੀ ਗਈ ਉਸ ਤੋਂ ਬਾਅਦ ਜਿਹੜਾ ਨਾ ਪਲ ਸ਼ੁਰੂ ਕਰ ਦੇਣ ਉਸਤਾਦ, ਰਗੜਾਈ ਮਾਸ਼ਾਅੱਲਾ ਸਹੀ ਸੋਹਣੀ ਹੋਏਗੀ ਜੀ, ਸਾਫ਼ ਹੋਏਗੀ ਸਾਰਾ ਜਿਹੜਾ। ਬਾਕੀ ਸਟੀਲ ਵਾਲੇ ਆਏ ਸਨ ਕੱਲ੍ਹ ਜਣੇ, ਥੋੜ੍ਹਾ ਕੰਮ ਕਰੀ ਗਏ ਨਾ ਅਤੇ ਉਹ ਕੱਲ੍ਹ ਬਾਕੀ ਆਏ ਸਨ, ਥੋੜ੍ਹਾ ਕੰਮ ਰਹੀ ਗਿਆ ਉਹਨਾਂ ਨਾਲ। ਹੋਰ ਪਿੱਲਰ ਦੋ ਘੱਟੀ ਗਏ ਸਣੇ, ਹਾਲੇ ਨਹੀਂ ਸੁਣਾਏ, ਪਿੱਲਰ ਦੋ ਆ ਕੇ ਸਣੇ ਨਾ, ਤਰੇ ਬਾਈ ਛੁੜੇ ਨੇ, ਇੱਕ ਪਿੱਲਰ ਥੱਲਾ ਬਾਈ ਛੁੜੇ ਨੇ, ਕਿਉਂਕਿ ਥੱਲਾ ਪਿੱਲਰ ਨਹੀਂ ਸੀ, ਮੈਂ ਆਖਿਆ ਉਹਨਾਂ ਬਾਈ ਛੁੜਿਆ, ਮੈਂ ਕਿਹਾ ਚਲੋ ਹੁਣ ਬਾਈ ਛੁੜਿਆ ਖੈਰ ਹੈ, ਅਤੇ ਅੱਪਰ ਵੀ ਜਿਹੜੇ ਨੇ ਦੋ ਪਿੱਲਰ ਜਿਹੜੇ ਨੇ ਬਾਈ ਕੇ ਦਿਓ ਮੈਗੇ, ਉਹ ਫਿਰ ਪਿੱਲਰ ਪਿਣੀਓ ਆਉਣੇ ਫਿਰ ਨੇ, ਤਾਂ ਉਹ ਅੱਜ ਆਏ ਨੇ, ਕੱਲ੍ਹ ਆਇਆ ਸੁਣੋ, ਕੱਲ੍ਹ ਕੰਪਲੀਟ ਹੋ ਜਾ ਸੀ, ਇਹ ਤਾਂ ਖੁਸ਼ ਸ਼ੁਕਰ ਉਸੇ ਤਰ੍ਹਾਂ ਲੱਗ ਸੀ ਜੀ। ਠੀਕ ਹੈ, ਇੱਥੇ ਐਂ ਟੱਪ ਦੋ ਪਿੱਲਰ ਆਇਆ ਸਨ, ਉਹਨਾਂ ਨੇ ਪਹਿਲਾਂ ਗੱਲ ਹੋਈ ਸੀ ਦੋ ਪਿੱਲਰਾਂ ਨੇ, ਅਤੇ ਉਹਨਾਂ ਜਿਹੜਾ ਥੱਲਾ ਪਿੱਲਰ ਬਾਈ ਛੁੜਿਆ, ਅੱਪਰ ਕੋਈ ਨਹੀਂ ਬਾਈ ਸੁਣ, ਮੈਂ ਕਿਹਾ ਅੱਪਰ ਦੋ ਪਿੱਲਰ ਬਣੇ, ਹੁਣ ਥੱਲਾ ਹੀ ਬਾਈ ਛੁੜਿਆ, ਮੈਂ ਕਿਹਾ ਹੈਰ ਪਿਆ ਰਹਿਣ ਦਿਓ, ਤਾਂ ਅੱਪਰ ਹੀ ਦੋ ਬਾਈਕ ਦਿਓ, ਉਹ ਕੱਲ੍ਹ ਇਨਸ਼ਾਲਾ ਇਹ ਵੀ ਕੰਪਲੀਟ ਹੋ ਜਾਵੇ ਤੁਹਾਨੂੰ। ਬਾਕੀ ਸਾਰਾ ਮਾਸ਼ਾਅੱਲਾ ਸਹੀ ਹੋ ਗਿਆ ਕੰਮ ਟੋਟਲ, ਤਾਂ ਉਸਤਾਦ ਨੂੰ ਲਗੇ ਨੇ ਥੱਲਾ ਵੀ ਇਨਸ਼ਾਲਾ ਉਹ ਵੀ ਹੋ ਜਾਵੇ। ਬਾਕੀ ਇਹ ਸਾਈਡ ਜਿਹੜਾ ਤੁਸੀਂ ਪੈਪ ਪਾ ਕੇ ਸੀ, ਪਿੱਲਰ ਪਾਇਆ, ਪਿੱਲਰ ਆਇਆ ਥੱਲੇ ਸੋਹਣਾ ਲਗਾ, ਮੈਂ ਕਿਹਾ ਚਲੋ ਰਹਿਣ ਦਿਓ, ਤੁਸੀਂ ਇੱਕ ਹੋਰ ਪਿੱਲਰ ਕਿ ਨਹੀਂ ਆਉਣਾ, ਮੈਂ ਕਿਹਾ ਉਸਨੇ ਪੈਸੇ ਚਾਹੀਦੇ ਸਾਨੂੰ। ਠੀਕ ਹੈ,